ਮਾਂ ਬਾਪ ਜਿਹੜੇ ਆਪਣੇ ਬੱਚਿਆਂ ਨੂੰ ਉਹਨਾਂ ਦੀ ਪਰਵਰਿਸ਼ ਸੋਹਣੇ ਤਰੀਕੇ ਨਾਲ ਕਰਦੇ ਨੇ, ਉਹਨਾਂ ਨੂੰ ਸੋਹਣੀ ਐਜੂਕੇਸ਼ਨ ਦਿੰਦੇ ਨੇ, ਉਹਦੇ ਨਾਲ ਨਾਲ ਐਜੂਕੇਸ਼ਨ ਦੇਣਾ ਜੇ ਅਸੀਂ ਕਹਿ ਦਈਏ ਕਿ ਸਮਾਜ ਦੇ ਵਿੱਚ ਬੰਦੇ ਨੇ ਵਧੀਆ ਤਰੀਕੇ ਨਾਲ ਰਹਿਣਾ ਤੇ ਇਕੱਲੀ ਐਜੂਕੇਸ਼ਨ ਹੀ ਬੰਦੇ ਨੂੰ ਸਮਾਜ ਵਿੱਚ ਚੰਗਾ ਜੀਵਨ ਨਹੀਂ ਦੇ ਸਕਦਾ। ਉਹਦੇ ਨਾਲ ਨਾਲ ਸਾਨੂੰ ਜੇ ਮਾਂ ਬਾਪ ਆਪਣੇ ਬੱਚਿਆਂ ਨੂੰ ਨਾਲ ਉਹ ਧਾਰਮਿਕ ਐਜੂਕੇਸ਼ਨ ਵੀ ਨਾਲ ਦੇ, ਨਾਲ ਸਮਾਜਿਕ ਵਿੱਦਿਆ ਵੀ ਚਾਹੀਦੀ, ਪਰ ਉਹਦੇ ਨਾਲ ਦੇ ਨਾਲ ਸਾਨੂੰ ਗੁਰੂ ਸ਼ਬਦ ਦੀ ਰੋਸ਼ਨੀ ਵੀ ਨਾਲ ਚਾਹੀਦੀ। ਫਿਰ ਉਹ ਘਰ ਜਿਹੜਾ ਉਹ ਪੁਰਸ਼ ਮਨਾਇਆ ਜਾਂਦਾ। ਔਰ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ, ਬੜੇ ਵੀਰ ਜੀ ਹਨ ਡਾਕਟਰ ਪਰਮਜੀਤ ਸਿੰਘ ਵੀ, ਜਾਂ ਕੋਈ ਬਹੁਤਾ ਲੰਮਾ ਸਮਾਂ ਉਹਨਾਂ ਨੂੰ ਸਾਡੇ ਇਸ ਸ਼ਹਿਰ ਵਿੱਚ ਨਹੀਂ ਹੋਇਆ, ਪਰ ਛੋਟੇ ਛੋਟੇ ਬੱਚੇ ਵੀ ਉਹਨਾਂ ਦੇ ਨਾਂ ਤੋਂ ਅਸੀਂ ਸਾਰੇ ਵਾਕਫ ਹਾਂ, ਸਾਰੇ ਜਾਣਦੇ ਹਾਂ। ਇਸ ਸ਼ਹਿਰ ਦੇ ਵਿੱਚ ਹੀ ਉਹ ਡਾਕਟਰ ਹਨ, ਪਰ ਮਾਂ ਬਾਪ ਦੇ ਵੱਲੋਂ ਇੱਕ ਸੋਹਣੀ ਸਿੱਖਿਆ ਉਹਨਾਂ ਨੂੰ ਦਿੱਤੀ ਗਈ ਤੇ ਹੁਣ ਵੀ ਜਦੋਂ ਅਸੀਂ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ, ਸਭ ਤੋਂ ਪਹਿਲਾਂ ਇਹ ਬੜਾ ਜ਼ਰੂਰੀ ਹੈ ਹਰ ਇੱਕ ਦੇ ਵਾਸਤੇ, ਸਿੱਖ ਦੇ ਵਾਸਤੇ ਬੜਾ ਜ਼ਰੂਰੀ ਹੈ ਕਿ ਕੋਈ ਵੀ ਕਾਰਜ ਹੈ ਸਭ ਤੋਂ ਪਹਿਲਾਂ ਆਪਣੇ ਗੁਰੂ ਅੱਗੇ ਅਰਦਾਸ ਕਰਕੇ ਗੁਰੂ ਦੀ ਕਰਮ ਕਰੇ। ਸੋ ਇਹ ਪਰਿਵਾਰ ਗੁਰੂ ਸ਼ਬਦ ਨਾਲ ਜੁੜਿਆ ਹੋਇਆ, ਗੁਰੂ ਕਿਰਪਾ ਕਰੇ ਵਿਸ਼ਨੀ ਵੀ ਰੋਣੀ ਸਤਿਗੁਰ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਪਰਿਵਾਰ ਨੂੰ ਪਾਣੀ ਦੀ ਦਾਤ ਬਖਸ਼ਣ। ਔਰ ਅਰਦਾਸ ਕਰਦੇ ਹਾਂ ਅਸੀਂ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ, ਇਹ ਪਰਿਵਾਰ ਇਸੇ ਤਰ੍ਹਾਂ ਗੁਰੂ ਦੇ ਨਾਲ, ਗੁਰੂ ਸ਼ਬਦ ਦੇ ਨਾਲ ਇਹ ਪਰਿਵਾਰ ਜੁੜਿਆ ਰਹੇ। ਜਿੱਥੇ ਅੱਜ ਮਾਤਾ ਜੀ ਦੀ ਮਿੱਠੀ ਯਾਦ ਮਨਾ ਰਹੇ ਹਾਂ, ਉਹਦੇ ਨਾਲ ਨਾਲ ਭਾਗਾਂ ਵਾਲੇ ਅੱਜ ਇੱਕ ਬੜਾ ਵੱਡਾ ਦਿਨ ਹੈ, ਸ਼ਾਇਦ ਤੁਹਾਨੂੰ ਪਤਾ ਹੋਵੇ, ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸ਼ਹਾਦਤ। ਭਾਈ ਸਾਹਿਬ ਭਾਈ ਮਤੀ ਦਾਸ, ਭਾਈ ਸਾਹਿਬ ਭਾਈ ਸਤੀ ਦਾਸ, ਭਾਈ ਸਾਹਿਬ ਭਾਈ ਦਰਵਾਜ ਜੀ, ਤੁਹਾਡੇ ਵਿੱਚ ਬਹੁਤ ਸੰਗਤ ਬੈਠੀ ਹੈ ਜਿਹੜੀ ਦਿੱਲੀ ਤੋਂ ਹੈ। ਸੋ ਅੱਜ ਕਹਿ ਲਈਏ ਅਸੀਂ ਭਾਗਾਂ ਵਾਲਾ ਦਿਨ ਹੈ, ਸ਼ਹੀਦਾਂ ਨੂੰ ਯਾਦ ਕੀਤਾ, ਠੀਕ ਹੈ ਸਾਡੇ ਕੋਲ ਚਲੇ ਗਏ, ਪਰ ਉਹਨਾਂ ਨੂੰ ਵੀ ਯਾਦ ਕਰਦੇ ਹਾਂ ਕਿਉਂਕਿ ਉਹਨਾਂ ਦੀ ਬਦੌਲਤ ਹੀ ਅਸੀਂ ਅੱਜ ਬੈਠੇ ਹਾਂ, ਉਹਨਾਂ ਦੀ ਬਦੌਲਤ ਅਸੀਂ ਬੈਠੇ ਹਾਂ। ਜਿਹੜੇ ਦਿੱਲੀ ਵਾਲੇ ਗੁਰਦੁਆਰਾ ਸੀਸਗੰਜ ਸਾਹਿਬ ਬੜਾ ਪਿਆਰ ਕਰਦੇ ਹਾਂ ਅਸੀਂ ਸਾਰੇ, ਪਰ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਹਨਾਂ ਦੀ ਸ਼ਹਾਦਤ ਹੋਈ, ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਜੈਦੇ ਦੇ ਗੁਰੂ ਪੁੱਛਿਆ ਸੀ, ਪੰਜ ਪੰਜ ਮਿੰਟ ਦਾ ਮੈਂ ਸਮਾਂ ਲੈਣਾ, 10 ਮਿੰਟ ਦਾ ਇੱਕ ਸ਼ਬਦ ਪੜ੍ਹਨਾ। ਉਹ ਇੱਕ ਸਮਾਂ ਸੀ ਭਾਈ ਜੈਦਾ ਜੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੀਸ ਦਿੱਲੀ ਤੋਂ ਲੈ ਕੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਦੋਂ ਪਹੁੰਚਿਆ ਸੀ, ਦੁਨੀਆਂ ਦੇ ਬਹੁਤ ਘੱਟ ਮਿਸਾਲ ਵੀ ਮਿਲਦੀ ਹੈ ਕਿ ਇੱਕ ਸਰੀਰ ਦੇ ਦੋ ਥਾਵਾਂ ਤੇ ਸੰਸਕਾਰ ਹੋਏ ਹੋਣ, ਦੋ ਥਾਵਾਂ ਤੇ। ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਧਰਤੀ ਸੰਸਕਾਰ ਤੇ ਦਿੱਲੀ ਵਿੱਚ ਹੋਇਆ,
ਜਿੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਸਾਹਿਬ ਨੇ, ਪਰ ਉਹਨਾਂ ਦੇ ਸੀਸ ਨਾਲ ਭਾਈ ਸਾਹਿਬ ਭਾਈ ਜਰਦਾ ਜੀ ਸੀਸ ਕੀਰਤਪੁਰ ਸਾਹਿਬ ਦੀ ਧਰਤੀ 'ਤੇ 11 ਨਵੰਬਰ 1675 ਨੂੰ ਇਹ ਸਾਕਾ ਬਣ ਗਿਆ। ਅਸੀਂ ਸਾਰੇ ਪਰਿਵਾਰ ਵਾਲੇ 11 ਨਵੰਬਰ ਨੂੰ ਇਹ ਸਾਕਾ ਵਾਪਰਿਆ ਅਤੇ 17 ਨਵੰਬਰ ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ। ਧੰਨ ਦਾ ਸੰਸਕਾਰ ਅਤੇ ਭਾਈ ਲੱਕੀ ਸ਼ਾਹ ਨੇ ਉਸੇ ਰਾਹ 'ਤੇ ਕਰ ਦਿੱਤਾ ਸੀ, ਜਦੋਂ ਔਰੰਗਜ਼ੇਬ ਨੇ ਢਿੰਡੋਰਾ ਪਾ ਦਿੱਤਾ ਸੀ ਕਿ ਇੱਥੋਂ ਕੋਈ ਸੀਸ ਇਹਨਾਂ ਦਾ ਚੁੱਕ ਨਹੀਂ ਸਕਦਾ, ਧਾਰਨ ਚੁੱਕ ਨਹੀਂ ਸਕਦਾ, ਕੋਈ ਇਹਨਾਂ ਦਾ ਸੰਸਕਾਰ ਨਹੀਂ ਕਰ ਸਕਦਾ, ਪਰ ਭਾਈ ਲੱਕੀ ਸ਼ਾਹ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਧਾਰਨ ਆਪਣੇ ਘਰ ਦੇ ਅੰਦਰ ਰੱਖ ਕੇ ਜਾ ਕੇ ਘਰ ਨੂੰ ਅੱਗ ਲਾ ਕੇ ਅਤੇ ਸੰਸਕਾਰ ਕੀਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਧਾਰਨ। ਭਾਈ ਜਰਦਾ ਜੀ ਗੁਰੂ ਸਾਹਿਬਾਂ ਦੇ ਸੀਸ ਨੂੰ ਲੈ ਕੇ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ, ਉਹ ਬੜਾ ਲੰਮਾ ਪੈਂਦਾ ਸੀ, ਸਮਾਂ ਇਜਾਜ਼ਤ ਨਹੀਂ ਦਿੰਦਾ, ਬੜਾ ਲੰਮਾ ਪੈਂਦਾ ਸੀ ਜਦੋਂ ਭਾਈ ਜਰਦਾ ਜੀ ਸੀਸ ਲੈ ਕੇ ਆਏ। ਔਰ ਜਿਸ ਵਕਤ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚੇ, ਭਾਈ ਜਰਦਾ ਜੀ ਨੇ ਸੀਸ ਇੱਕ ਪਾਸੇ ਰੱਖਿਆ ਗੁਰੂ ਸਾਹਿਬਾਂ ਦਾ, ਅਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਿੱਖਾਂ ਨੂੰ ਆਖਿਆ, ਆਪ ਨਹੀਂ ਗਿਆ ਪਰ ਸਿੱਖਾਂ ਨੇ ਜਾ ਕੇ ਮੈਸੇਜ ਦਿੱਤਾ ਗੁਰੂ ਗੋਬਿੰਦ ਰਾਏ ਨੂੰ, ਜਾ ਕੇ ਦਰਵਾਜ਼ਾ ਖੜਕਾਇਆ, ਮੈਸੇਜ ਦਿੱਤਾ, ਸੁਨੇਹਾ ਦਿੱਤਾ, ਸਤਿਗੁਰੂ ਸਾਹਿਬ ਜੀ ਗੁਰੂ ਪਿਤਾ ਦਾ ਸੀਸ ਕੀਰਤਪੁਰ ਦੀ ਧਰਤੀ 'ਤੇ ਆ ਗਿਆ। ਉਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਅੰਮ੍ਰਿਤ ਦੀ ਦਾਤ ਨਹੀਂ ਲਈ, ਗੁਰੂ ਗੋਬਿੰਦ ਰਾਏ ਆਪਣੀ ਦਾਦੀ ਮਾਂ ਬੇਬੇ ਨਾਨਕੀ ਜੀ ਨੂੰ ਨਾਮ ਲਿਆ, ਅੱਖਾਂ ਦੀ ਰੋਸ਼ਨੀ ਵੀ ਘੱਟ ਹੈ, ਨਾਲ ਆਪਣੀ ਮਾਂ ਮਾਤਾ ਗੁਜਰ ਕੌਰ ਉਹਨਾਂ ਨੂੰ ਨਾਮ ਲਿਆ, ਉਸ ਕੀਰਤਪੁਰ ਦੀ ਧਰਤੀ 'ਤੇ ਉੱਤੇ ਪਹੁੰਚੇ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੀਸ ਇੱਕ ਉੱਚੀ ਜਗ੍ਹਾ 'ਤੇ ਰੱਖ ਦਿੱਤਾ ਗਿਆ। ਸਭ ਤੋਂ ਪਹਿਲਾਂ ਮਾਂ ਨੇ ਆਪਣੇ ਪੁੱਤਰ ਦੇ ਸੀਸ ਦੇ ਦਰਸ਼ਨ ਕੀਤੇ ਬੇਬੇ ਨਾਨਕੀ। ਬੇਬੇ ਨਾਨਕੀ ਨੇ ਕਹਿ ਲਈ ਕਿ ਪੁੱਤਰ ਮੁਸਕਰਾਟ 'ਤੇ ਉਹੀ ਸੀ ਜਿਸ ਦਿਨ ਤੈਨੂੰ ਤੋਰਿਆ ਸੀ ਅਨੰਦਪੁਰ ਸਾਹਿਬ ਦੀ ਧਰਤੀ, ਅੱਜ ਵੀ ਚਿਹਰੇ 'ਤੇ ਮੁਸਕਰਾਟ ਉਹੀ। ਮੈਂ ਕਹਿੰਦਾ ਦੁਨੀਆਂ 'ਤੇ ਇਹੋ ਜਿਹਾ ਦਿਨ ਕਦੇ ਨਾ ਆਵੇ ਕਿ ਜਦੋਂ ਮਾਂ ਬਾਪ ਨੂੰ ਆਪਣੇ ਜਿਉਂਦੇ ਜੀ ਕਿਧਰੇ ਆਪਣਾ ਪੁੱਤਰ ਤੋਰ ਪਾਵੇ, ਕਿਸੇ 'ਤੇ ਇਹੋ ਜਿਹਾ ਸਮਾਂ ਨਹੀਂ ਆਵੇ। ਉਹ ਮਾਂ ਨੇ ਜਿਉਂਦੇ ਜੀ ਆਪਣੇ ਪੁੱਤਰ ਨੂੰ ਆਪਣੇ ਹੱਥਾਂ ਨਾਲ ਤੋਰੇ, ਮਾਤਾ ਗੁਜਰ ਕੌਰ ਨੇ ਫਿਰ ਦਰਸ਼ਨ ਕੀਤੇ, ਕਹਿ ਲਈਏ ਪਤੀ ਦੇਵ ਤੁਹਾਡੀ ਨਿਭਗੀ ਹੈ, ਮੇਰੇ 'ਤੇ ਕਿਰਪਾ ਕਰਿਓ, ਮੇਰੀ ਵੀ ਸਿੱਖੀ ਇਸੇ ਤਰ੍ਹਾਂ। ਅੱਜ ਭਾਈ ਜਰਦਾ ਸਭ ਤੋਂ ਪਿੱਛੇ ਖੜਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੀਸ ਦੇ ਕੋਲ ਆਏ, ਸੰਗਤਾਂ ਵੱਲੋਂ ਪੁੱਛਿਆ ਕਿ ਸੀਸ ਕੌਣ ਲੈ ਕੇ ਆਇਆ, ਆਵਾਜ਼ ਆਈ, ਕਹਿ ਲਈਏ ਭਾਈ ਜਰਦਾ ਜੀ। ਅਤੇ ਭਾਈ ਜਰਦਾ ਜੀ ਅੱਜ ਸੰਗਤ ਦੇ ਸਭ ਤੋਂ ਪਿੱਛੇ ਖੜੇ ਰੋ ਰਹੇ। ਇੱਕ ਸਾਡਾ ਸਮਾਜਿਕ ਮਾਹੌਲ ਹੈ ਕਿ ਜਦੋਂ ਅਸੀਂ ਕਿਸੇ ਨੂੰ ਕੋਈ ਇੱਦਾਂ ਦੀ ਕੋਈ ਮਾੜੀ ਖਬਰ ਦੇਣੀ ਹੋਵੇ ਤਾਂ ਮਨ ਨਹੀਂ ਕਰਦਾ ਹੈਗਾ, ਜੇ ਕਿਸੇ ਨੂੰ ਪਤਾ ਲੱਗ ਗਿਆ ਕਿਸੇ ਦੀ ਮੌਤ ਹੋ ਗਈ ਹੈ ਤਾਂ ਉਹਦੇ ਪਰਿਵਾਰ ਨੂੰ ਦੱਸਣਾ ਹੈ,
ਤੇ ਜਿਗਰਾ ਨਹੀਂ ਪੈਂਦਾ ਵੀ ਕਿੱਦਾਂ ਦੱਸਾਂਗੇ ਫੋਨ ਕਰਕੇ, ਕਿਵੇਂ ਦੱਸਾਂਗੇ। ਅੱਜ ਭਾਈ ਜਾਂਦਾ ਜੀ ਉਹੋ ਜਿਹਾ ਕੁਝ ਮਨ ਦੀ ਭਾਵਨਾ ਲੈ ਕੇ ਸੰਗਤ ਨੂੰ ਪਿੱਛੇ ਜਾ ਕੇ ਖੜਾ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸੰਗਤ ਨੇ ਦੱਸਿਆ ਕਿ ਭਾਈ ਜਾਂਦਾ ਜੀ ਗੁਰੂ ਸਾਹਿਬ ਜੀ ਸੀਸ ਲੈ ਕੇ ਆਏ ਨੇ ਦਿੱਲੀ ਤੋਂ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਵਾਜ਼ ਮਾਰੀ, ਜਾਂਦਿਆ ਤੂੰ ਕਿੱਥੇ ਆ? ਹੌਲੀ ਹੌਲੀ ਰੋਂਦਾ ਰੋਂਦਾ ਆਪਣਾ ਮੂੰਹ ਇੱਕ ਪੱਲੇ ਨਾਲ ਲੁਕਾਇਆ ਹੋਇਆ ਹੌਲੀ ਹੌਲੀ ਤੁਰਦਾ ਤੁਰਦਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਭਾਈ ਜਾਂਦਿਆ ਤੂੰ ਇੰਨਾ ਪਿੱਛੇ ਕਿਉਂ ਹੈ? ਸਤਿਗੁਰੂ ਮੈਂ ਕਿਹੜੇ ਬੋਲ ਬੋਲ ਕੇ ਤੈਨੂੰ ਦੱਸਾਂ ਕਿ ਮੈਂ ਗੁਰੂ ਸਾਹਿਬਾਂ ਦਾ ਗੁਰੂ ਪਿਤਾ ਦਾ ਮੈਂ ਸੀਸ ਲੈ ਕੇ ਆਇਆ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਾਈ ਜਾਂਦੇ ਨੂੰ ਗਲ ਵਕੜੀ 'ਚ ਲਿਆ ਆਪਣੇ ਸੀਨੇ ਦੇ ਨਾਲ, ਆਪਣੇ ਸੀਨੇ ਨਾਲ ਲਾਇਆ। ਸਾਨੂੰ ਸਾਰਿਆਂ ਨੂੰ ਪਤਾ ਭਾਈ ਜਾਂਦੇ ਜੀ ਨੂੰ ਕਿਤਾਬ ਦਿੱਤਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਰੰਗਰੇਟੇ ਗੁਰੂ ਕੇ ਬੇਟੇ ਬੇਟੇ ਦਾ ਕਿਤਾਬ ਇਸ ਕਰਕੇ ਦਿੱਤਾ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਹਿ ਰਹੇ ਕਿ ਜਿਹੜਾ ਫਰਜ਼ ਪੁੱਤਰ ਨਿਭਾਉਂਦਾ ਹੈ ਭਾਈ ਜਾਂਦਿਆ ਉਹ ਤੂੰ ਫਰਜ਼ ਨਿਭਾਇਆ। ਤੋ ਗੁਰੂ ਪਿਤਾ ਦੇ ਸੀਸ ਨੂੰ ਦਿੱਲੀ ਤੋਂ ਲੈ ਕੇ ਕੀਰਤਪੁਰ ਦੀ ਧਰਤੀ ਤੇ ਪਹੁੰਚਿਆ, ਤੂੰ ਪੁੱਤਰ ਵਾਲਾ ਫਰਜ਼ ਨਿਭਾਇਆ। ਭਾਈ ਜਾਂਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਆਪਣੇ ਸੀਨੇ ਨਾਲ ਲਾਇਆ ਤੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪੁੱਛਿਆ ਸੀ ਜਾਂਦਿਆ ਉੱਥੇ ਕਿੰਨੇ ਕੁ ਸਿੱਖ ਸਨ? ਸਤਿਗੁਰੂ ਸਾਹਿਬ ਜੀ ਤੇਰੇ ਸਿੱਖਾਂ ਦੀ ਕੀ ਪਹਿਚਾਣ ਹੈ, ਕੀ ਪਹਿਚਾਣ ਹੈ ਤੇਰੇ ਸਿੱਖਾਂ ਦੀ ਜਿਹੜੇ ਸਿੱਖ ਹੈਗੇ ਵੀ ਸਨ? ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਉਹ ਹਕੂਮਤ ਦੇ ਡਰ ਦੇ ਨਾਲ ਉਹ ਵੀ ਲੁਕ ਗਏ ਸਨ ਆਪਣੇ ਜਿਹੜੇ ਛੁਪਾ ਲਏ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉੱਥੇ ਇੱਕ ਤਕਰੀਰ ਕੀਤੀ, ਕਹਿੰਦੇ ਕਿ ਭਾਈ ਜਾਂਦਿਆ ਮੈਂ ਇਹੋ ਜਿਹਾ ਸਿੱਖ ਸਜਾਵਾਂਗਾ, ਇਹੋ ਜਿਹਾ ਰੂਪ ਦੇਵਾਂਗਾ ਕਿ ਜਿਹੜਾ ਲੱਖਾਂ ਦੇ ਕਰੋੜਾਂ ਦੇ ਵਿੱਚ ਵੀ ਖੜਾ ਹੋਇਆ ਸਿੱਖ ਪਹਿਚਾਣਿਆ ਜਾਵੇਗਾ। ਉਹ ਸਮਾਂ ਸੀ ਗੁਰੂ ਪਿਆਰੇ ਜਦੋਂ ਔਰੰਗਜ਼ੇਬ ਨੇ ਆਖਿਆ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਕੋਈ ਧਨ ਨਹੀਂ ਚੁੱਕ ਸਕਦਾ, ਕੋਈ ਸੀਸ ਦਾ ਸੰਸਕਾਰ ਨਹੀਂ ਕਰ ਸਕਦਾ, ਹਕੂਮਤ ਤੋਂ ਡਰਦੇ ਸਨ। ਅੱਜ ਜਦੋਂ ਸਿੱਖਾਂ ਦੇ ਕੋਲ ਭਾਈ ਸਾਹਿਬ ਭਾਈ ਬਘੇਲ ਸਿੰਘ ਦੇ ਕੋਲ ਹਕੂਮਤ ਆਈ, ਫਿਰ ਉਹਨੇ ਅੱਜ ਇੱਕ ਢੋਰਾ ਪਵਾਇਆ ਉਹਨੇ ਦਿੱਲੀ ਦੇ ਵਿੱਚ। ਕਹਿਣ ਲੱਗੇ ਕੋਈ ਇਹੋ ਜਿਹਾ ਸਿੱਖ ਹੈ ਜਿਹਨੇ ਉਸ ਵਕਤ ਦੇਖਿਆ ਹੋਵੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ? ਸਮਾਂ ਬਦਲ ਗਿਆ, ਸਮੇਂ ਨੇ ਕਰਵਟ ਲੈ ਲਿਆ, ਅੱਜ ਢੋਰਾ ਪਵਾ ਦਿੱਤਾ ਗਿਆ ਦਿੱਲੀ ਦੇ ਵਿੱਚ ਕਿ ਅੱਜ ਕੋਈ ਹੈ ਜਿਹੜਾ ਸਾਨੂੰ ਦੱਸੇ ਕਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸ਼ਹਾਦਤ ਹੋਈ। ਕਹਿਣ ਲੱਗੇ ਫਿਰ ਇੱਕ ਬੁੱਢੜੀ ਮਾਂ ਦਾ ਪਤਾ ਲੱਗਾ, ਉਹ ਮਾਸ਼ਕੀ ਦੇ ਘਰ ਵਾਲੀ ਜਿਨ੍ਹਾਂ ਨੇ ਬਾਅਦ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿੱਥੇ ਸੀਸ ਧੜ ਦੇ ਨਾਲ ਉਹ ਗੱਲਾਂ ਕੀਤਾ ਗਿਆ, ਉਸ ਖੂਨ ਦੇ ਧੱਬੇ ਉਹਨੇ ਧੋਤੇ। ਉਸ ਮਾਂ ਨੇ ਫਿਰ ਬਾਬਾ ਬਘੇਲ ਸਿੰਘ ਨੂੰ ਦੱਸਿਆ ਕਿ ਬਘੇਲ ਸਿੰਘ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੀਸ ਧੜ ਨਾਲੋਂ ਅਲੱਗਾ ਕੀਤਾ ਗਿਆ, ਮੈਂ ਆਪਣੀਆਂ ਅੱਖਾਂ ਦੇ ਨਾਲ ਦੇਖਿਆ, ਉਹਨਾਂ ਦਾ ਖੂਨ ਕਹਿਣ ਲੱਗੀ ਮੈਂ ਇਹਨਾਂ ਹੱਥਾਂ ਦੇ ਨਾਲ ਮੈਂ ਸਾਫ ਕੀਤਾ। ਫਿਰ ਉਸ ਅਸਥਾਨ ਦਾ ਪਤਾ ਲੱਗਾ ਭਾਗਾਂ ਵਾਲੇ ਨੂੰ, ਉਹਨਾਂ ਸ਼ਹੀਦਾਂ ਦੇ ਸਿਰ ਤੇ ਉਹਨਾਂ ਨੇ ਸਾਡੇ ਸਿਰਾਂ ਦੇ ਉੱਤੇ ਦਸਤਾਰਾਂ ਸਜਾਈਆਂ, ਉਹਨਾਂ ਨੇ ਸਾਨੂੰ ਸੋਹਰੇ ਸੋਹਣੇ ਸਰੂਪ ਬਖਸ਼ੇ। ਅੱਜ ਲੋੜ ਹੈ ਸਾਨੂੰ ਉਹਨਾਂ ਦੇ ਪਾਏ ਹੋਏ ਗੁਰਨਿਆਂ ਦੇ ਉੱਤੇ ਚੱਲਣ ਦੀ।
ਸ਼ਬਦ ਮੈਂ ਜਿਹੜਾ ਆਪ ਨੂੰ ਸਰਵਣ ਕਰਾਉਣ ਲੱਗਾ, ਇਹ ਵੀ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਬੋਲ ਨੇ, ਉਹਨਾਂ ਦੇ ਬਚਨ ਨੇ ਅਤੇ ਸਾਰੇ ਨਾਲ ਬੋਲਿਓ। ਇਹ ਸ਼ਬਦ ਜਿਹੜਾ ਮੈਂ ਸੁਣਾਉਣ ਲੱਗਾ, ਧਿਆਨ ਕਰਿਓ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨਾਂ ਨੂੰ। ਇਹ ਜਿਹੜੇ ਬੋਲ ਨੇ, ਇਹ ਬੋਲ ਉਹਨਾਂ ਦੇ ਕਦੇ ਉਹਨਾਂ ਲਈ, ਉਹ ਬੋਲ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਬੋਲ ਨੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, 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 ਦੁੱਖ ਮੈਂ ਦੁੱਖ ਨਹੀਂ ਮਾਨੈ। ਨਹੀਂ ਉਸ ਤਰ੍ਹਾਂ
Bye.
ਬੱਚੇ ਮਾਫੀ ਮੰਗਦਾ ਕਹਿ ਚੁੱਕੇ ਨੇ ਸੋਨੇ ਨੂੰ, ਜਿਹੜਾ ਸੋਨੇ ਨੂੰ ਮਿੱਟੀ ਜਾਣ ਕੇ ਪਾ ਕੇ ਇਸ ਜੀਵਨ ਦੇ ਵਿੱਚ ਦੁੱਖ ਸੁੱਖ ਤੋਂ ਨਰਮੀ ਬਣਾਈ ਕੇ ਜਿਹੜਾ ਜਿੰਦਾ ਹੈ। ਸਾਹਿਬ ਕਹਿੰਦੇ ਉਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਗੁਰ ਕਿਰਪਾ ਨੇ ਨਾ ਠੋਕੀ ਨੀ ਤੇ ਸ਼ਾਂਤੀ ਨਾਨਕ ਭਾਇਓ ਗੋਬਿੰਦ ਸਿੰਘ ਜੀ ਪਾਣੀ ਸੰਤ ਪਾਣੀ ਜਿਵੇਂ ਪਾਣੀ ਤੋਂ ਲਹਿਰਾਂ ਉੱਠੀਆਂ ਨੇ ਅਖੀਰ ਤੇ ਪਾਣੀ ਵਿੱਚ ਸਮਾ ਜਾਂਦੀਆਂ ਨੇ। ਗੁਰੂ ਸਾਹਿਬ ਜੀ ਕਹਿੰਦੇ ਐਵੇਂ ਗੁਰੂ ਦਾ ਸਿੱਖ ਪਰਮਾਤਮਾ ਦੇ ਨਾਲ ਇੱਕ ਗੁਰੂ ਕਿਰਪਾ ਕਰੇ ਅਸੀਂ ਉਹਨਾਂ ਨੂੰ ਸ਼ਹੀਦਾਂ ਨੂੰ ਪਾਣੀ ਦਿੱਤੀ ਤੁਰ ਕੇ ਅਸੀਂ ਗੁਰੂ ਸ਼ਬਦ ਦੇ ਨਾਲ ਜੁੜੀਏ। ਮਾਫੀ ਪਰਸ਼ਨੀ ਚਕਵਾਲ ਦਾ ਸੂ ਪ੍ਰਬੰਧਕ ਜੀ ਦਾ ਗੁਰਜੀਤ ਸਿੰਘ ਦਾ ਸਾਰਿਆਂ ਦਾ ਧੰਨਵਾਦ ਦਾਸ ਹੈ। ਇਹ ਸਮਾਨ ਦੇ ਕੇ ਮੇਰੀ ਚੋਰੀ ਵਿੱਚ ਇਹ ਦਾਤ ਪਾ ਕੇ ਮੈਨੂੰ ਸਮੇਂ ਨਾਲ ਨਵਾਜਿਆ ਹੈ। ਗੁਰੂ ਦੀ ਗੱਲ ਕਰਨ ਦਾ ਮੈਨੂੰ ਸਮਾਂ ਖਰਚਿਆ ਹੈ। ਵਾਹਿਗੁਰੂ ਜੀ ਕਾ